ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਦਰਅਸਲ ਸਿਨੇਮਾ ਘਰ ਦੀਆਂ ਨੇ। ਦਰਅਸਲ ਬੱਬੂ ਮਾਨ ਦੀ ਨਵੀਂ ਫਿਲਮ ਸੁੱਚਾ ਸੂਰਮਾ ਰਿਲੀਜ਼ ਹੁੰਦੀ ਹੈ ਤੇ ਫੈਨਸ ਦੇਖਣ ਜਾਂਦੇ ਨੇ ਤੇ ਜਾ ਕੇ ਜਦੋਂ ਫਿਲਮ ਦਾ ਆਨੰਦ ਮਾਣਦੇ ਨੇ ਤੇ ਫਿਲਮ ਉਹਨਾਂ ਨੂੰ ਵਧੀਆ ਲੱਗਦੀ ਹੈ ਤਾਂ ਨਾਲ ਹੀ ਉਹ ਨੋਟ ਵਾਰਨਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਵੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਬੱਬੂ ਮਾਨ ਦੇ ਕੱਟੜ ਫੈਨ ਉਹਨਾਂ ਦੀ ਜਿਹੜੀ ਫਿਲਮ ਹੈ ਉਸ 'ਤੇ ਨੋਟ ਵਾਰ ਰਹੇ ਨੇ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਲਗਾਤਾਰ ਬੱਬੂ ਮਾਨ ਦੀਆਂ ਫਿਲਮਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਪਰ ਇਹ ਜਿਹੜੀ ਕੋਈ ਫਿਲਮ ਹੈ ਥੋੜ੍ਹੇ ਵਕਫੇ ਤੋਂ ਬਾਅਦ ਆਈ ਹੈ, ਇਸਦੀ ਪ੍ਰਮੋਸ਼ਨ ਵੀ ਕਾਫੀ ਕੀਤੀ ਗਈ ਹੈ। ਬੱਬੂ ਮਾਨ ਦੀ ਦਮਦਾਰ ਅਦਾਕਾਰੀ ਇਸ ਵਿੱਚ ਦਿਖਾਈ ਗਈ ਹੈ ਅਤੇ ਲੋਕਾਂ ਵੱਲੋਂ ਫਿਲਮ ਨੂੰ ਖੂਬ ਪ੍ਰਸ਼ੰਸਿਤ ਕੀਤਾ ਜਾ ਰਿਹਾ ਅਤੇ ਫਿਲਮ ਦੀ ਖੂਬ ਕਮਾਈ ਵੀ ਕਰ ਰਹੀ ਹੈ। ਨਾਲ ਦੀ ਨਾਲ ਤੁਸੀਂ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਬੂ ਮਾਨ ਦੇ ਫੈਨ ਲਗਾਤਾਰ ਨੋਟ ਵਾਰ ਕੇ ਆਪਣੇ ਪਸੰਦੀਦਾ ਕਲਾਕਾਰ ਦੀ ਜਿਹੜੀ ਪ੍ਰਸ਼ੰਸਾ ਕਰ ਰਹੇ ਨੇ। SMZ ਨਿਊਜ਼ ਲਈ ਬਿਊਰੋ ਰਿਪੋਰਟ।